2 ਦਿਨ ਦਾ ਟ੍ਰਿਪ ਜਿਹੜਾ ਚੰਡੀਗੜ੍ਹ ਦਾ ਸੀਗਾ ਉਹ ਇੱਥੇ ਹੀ ਖਤਮ ਹੋਇਆ। ਬਹੁਤ ਹੀ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਜਿੱਥੇ ਆਪਾਂ ਰਹੇ ਹਾਂ। 1.5 ਸਾਲ ਚੰਡੀਗੜ੍ਹ ਰਹੇ ਹਾਂ ਮੈਂ ਅਤੇ ਉਹ ਸਾਰੀਆਂ ਜਗ੍ਹਾ ਦੇਖ ਕੇ ਪੁਰਾਣੀ ਯਾਦਾਂ ਤਾਜ਼ੀਆਂ ਕੀਤੀਆਂ ਯਾਰਾਂ ਦੋਸਤਾਂ ਨਾਲ। ਵਾਪਸੀ ਦਾ ਟਾਈਮ ਹੋ ਗਿਆ। ਵਾਪਸੀ 'ਚ ਇੱਕ ਛੋਟਾ ਜਿਹਾ ਆਪਾਂ ਨੂੰ ਕੰਮ ਆ ਉਹ ਕੰਪਲੀਟ ਕਰਨ ਤੋਂ ਬਾਅਦ ਥੋੜ੍ਹੀ ਪੈ ਜਾਂਦੀ ਆ। ਵਾਪਸੀ ਬਟਾਲੇ ਨੂੰ ਕਰਾਂਗੇ। ਹੁਣ ਨੈਕਸਟ ਮੰਥ ਵਾਸਤੇ ਵੀ ਤੁਹਾਡੇ ਸਾਰਿਆਂ ਲਈ ਬਹੁਤ ਵਧੀਆ ਸਰਪ੍ਰਾਈਜ਼ ਹੈ। ਪਹਿਲਾਂ ਇੱਥੋਂ ਜਲੰਧਰ ਜਾਵਾਂਗੇ, ਜਲੰਧਰ ਤੋਂ ਭਾਈ ਉਹਨਾਂ ਕੋਲ ਗੱਡੀ ਚੇਂਜ ਕਰਾਂਗੇ, ਫਿਰ ਆਪਾਂ ਬਟਾਲੇ ਨੂੰ ਨਿਕਲਾਂਗੇ। ਕਿਉਂ ਕੁਛ ਨਹੀਂ ਪਤਾ ਕਿ ਕਿਹਦਾ ਗਿਫਟ ਪੈਕ ਕਰਨ ਦਿਆ, ਬਸ ਉਹਨੂੰ ਦੇ ਦਿੱਤਾ ਕਿ ਗਿਫਟ ਪੈਕ ਕਰ। ਵਿੱਕੀ ਨੇ ਐਸੀ ਤੈਸੀ ਕਰਤੀ ਨਾ ਪੈਕਿੰਗ ਦੀ। ਵਿੱਕੀ ਖੋਲ ਕੇ ਦਿਖਾਈ ਕਮੈਂਟ, ਆ ਚੱਕੀ ਮਾੜਾ ਜਿਹਾ, ਆ ਚੱਕ ਐਂ ਇੰਨਾ ਕੁ ਰਹਿ ਗਿਆ। ਨਹੀਂ ਫਿਰ ਇਹ ਵੀ ਸਾਰੇ ਯਾਦ ਰੱਖਿਓ ਕਿ ਜਿਹੜੀ ਗੀਟੀਆਂ ਕੈਰਮ ਬੋਰਡ 'ਚ ਪਈਆਂ ਸਾਡੇ ਹੱਥ ਹੋਣਗੇ, ਮਨਦੀਪ ਦੇ ਹੱਥ ਨਹੀਂ ਹੋਣੇ। ਚਲ ਗਿਫਟ ਤੇ ਦੇ ਦੋ। ਹਾਏ ਮੈਂ ਵੀ ਦਿਮਾਗ ਗੰਦਾ ਹੈ। ਹੈਲੋ ਗਾਇਸ, ਇਹਨਾਂ ਨੇ ਵੀ ਬੜੀ ਮੈਨੂੰ ਨਾ ਇਹਨਾਂ ਨੂੰ ਜਿੱਦਾਂ ਸਭ ਨੂੰ ਪਤਾ ਹੈ ਮੈਨੂੰ ਚਾਕਲੇਟਸ ਬਹੁਤ ਪਸੰਦ ਹੈ ਤੇ ਮੇਰੇ ਲਈ ਚਾਕਲੇਟ ਲੈ ਕੇ ਆਉਂਦੇ ਸਾਰੇ ਰਸਤੇ ਜਾਂਦੇ ਨੇ ਖਤਮ ਕਰ ਦੇ। ਚਾਕਲੇਟ ਤੇ ਸਾਡਾ ਗਿਫਟ ਸਾਂਝਾ ਸਮੂਹ ਪਰਿਵਾਰ ਵੱਲੋਂ ਤੇ ਇਹ ਪਾਪਿਆਂ ਵੱਲੋਂ ਤੇ ਮੈਂ ਇਦਾਂ ਹੀ ਲੈ ਇਦਾਂ ਹੀ ਵਲੌਗ 'ਚ ਆ ਜਾਣਾ। ਹੁਣ ਮੈਨੂੰ ਪਤਾ ਲੱਗੇਗਾ ਮੈਂ ਪੂਰੀ ਸੇਵਾ ਕਰ। ਹਾਂ ਇਹਨਾਂ ਨੇ ਸੇਵਾ ਕੀਤੀ ਆ ਪੂਰੀ ਸਾਡੀ। ਪਰ ਪ੍ਰਾਂਡੀਆਂ ਮੈਂ ਆਪਣੇ ਉਹਦੇ ਤੋਂ ਬਣਵਾਈਆਂ ਨੇ। ਕੋਈ ਗੱਲ ਨਹੀਂ। ਨਹੀਂ ਸੱਚੀ ਬਹੁਤ ਥੱਕੇ ਹੋਣ ਦੇ ਬਾਵਜੂਦ ਵੀ ਨਾ ਬੜੀ ਵਧੀਆ ਟ੍ਰੀਟ ਦਿੱਤੀ। ਰਾਤੀ ਵਾਲਾ ਚਿਕਨ ਤਾਂ ਬਾ ਕਮਾਲ ਸੀਗਾ। ਆਪਾਂ ਬੋਲਿਆ ਸੀ ਬਾਹਰੋਂ ਨਹੀਂ ਕੁਝ ਖਾਣਾ, ਭਾਜੀ ਕਹਿੰਦੇ ਕੋਈ ਨਾ ਤੈਨੂੰ ਬਾਹਰ ਵਾਲਾ ਘਰੇ ਖਵਾ ਲੈਣਾ ਹੈ। ਤਾਂ ਉਹ ਇੰਨਾ ਟੇਸਟੀ ਚਿਕਨ ਸੀਗਾ। ਕੱਲ ਆਉਂਦੇ ਹੀ ਸਭ ਤੋਂ ਪਹਿਲਾਂ ਇਹਨਾਂ ਨੇ ਚਾਹ ਬਣਾ ਕੇ ਖਾਈ। ਕੀ ਬਾਤ ਹੈ, ਬਹੁਤ ਵਧੀਆ। ਬੋਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣੇ ਜਿਨ੍ਹਾਂ ਨੇ ਨਹੀਂ ਕੀਤਾ। ਚੈਨਲ ਦਾ ਨਾਮ ਆ ਉਹ ਪਿੱਛੇ ਕੱਚੇ ਬਣਨ ਆਈ ਜਾਂਦੇ ਇਧਰ ਠੀਕ ਆ। ਚੈਨਲ ਦਾ ਨਾਮ ਆ ਮਨਚਨ, ਉਹਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ। ਕੀ ਬਾਤ ਹੈ, ਇੱਥੇ ਕੁੱਤੇ ਦੇ ਪੈਰ ਦੇ ਨਿਸ਼ਾਨ ਚਲਿਏ ਵਿੱਕੀ, ਕੁੱਤੇ ਦੇ ਪੈਰ ਦੇ ਨਿਸ਼ਾਨ, ਕੁੱਤਾ ਆਪਣੇ ਨਜ਼ਾਰੇ ਚ। ਚਲੋ ਥੈਂਕ ਯੂ ਵਲੌਗ ਚੈਨਲ, ਥੈਂਕ ਯੂ। ਮੈਨੂੰ ਆਪਣੇ ਆਪ 'ਚ ਬੜਾ ਲੱਕੀ ਫੀਲ ਹੋ ਰਿਹਾ ਕਿ ਚਲੋ ਕਿਸੇ ਬਹਾਨੇ ਆਪਾਂ ਇੱਥੇ ਤੱਕ ਪਹੁੰਚੇ ਹਾਂ। ਬੜਾ ਸਕੂਨ ਮਿਲ ਗਿਆ ਇੱਥੇ ਆ ਕੇ। ਜਿੰਨਾ ਹੋ ਸਕੇ ਆਉਣ ਦੀ ਕੋਸ਼ਿਸ਼ ਕਰਿਆ ਕਰੋ ਜੋ ਤੁਹਾਨੂੰ ਮੌਕਾ ਮਿਲਦਾ ਹੈ ਐਵੇਂ। ਟ੍ਰਿਪ ਤੋਂ ਵਾਪਸ ਆਉਣ ਤੋਂ ਬਾਅਦ ਕਮਰੇ ਦਾ ਕੁਛ ਹਾਲ ਇਹੋ ਜਿਹਾ ਆ, ਦੇਖ ਸਕਦੇ ਹੋ ਤੁਸੀਂ, ਜੋ ਮੈਂ ਇਕੱਲੀ ਨੇ ਸਾਫ ਕਰਨਾ ਆ। ਲਾਡੀ ਨੇ ਇਹਦੇ ਵਿੱਚ ਮੇਰੀ 1% ਹੈਲਪ ਨਹੀਂ ਕਰਵਾਉਣੀ। ਸਭ ਕੁਛ ਖਿਲ ਰਿਹਾ ਪਿਆ ਆ, ਠੀਕ ਹੈ, ਸਭ ਕੁਛ ਇਹ ਜੈਸਮਿਨ ਦੀ ਨੇ ਦਿੱਤਾ ਸਾਨੂੰ। ਸਭ ਤੋਂ ਪਹਿਲਾਂ ਇਹਨੂੰ ਟਿਕਾਣੇ ਲਗਾਉਂਦੇ ਹਾਂ ਅਤੇ ਕੱਪੜੇ ਵੱਪੜੇ ਜੋ ਵੀ ਹੈਗੇ ਆ, ਫਿਰ ਉਸ ਤੋਂ ਬਾਅਦ ਹੌਲੀ 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 ਸਭ ਸ਼ੁਰੂ ਕਰਦੇ ਹਾਂ। ਤੁਹਾਨੂੰ ਕਿੰਨਾ ਮਿਸ ਕੀਤਾ? ਬਹੁਤ ਕਿਉਂ ਕਿਹਾ ਫਿਰ ਲੈ ਥੋੜੀ ਹੁੰਦਾ, ਵਧੀਆ ਦਿਨ ਨਿਕਲ ਗਿਆ, ਸ਼ਾਂਤੀ ਨਾਲ ਨਿਕਲ ਗਿਆ ਨਾ। ਮਮਾ ਦੇਖ ਲੈ ਇੱਕ ਗੱਲ ਸੁਣੋ, ਚਾਹੇ ਸੇਬ ਫੜ ਲਓ ਚਾਹੇ ਕੋਈ ਵੀ ਚੀਜ਼ ਫੜ ਲਓ, ਉਹਨੂੰ ਜਦੋਂ ਆਪਾਂ ਇੱਦਾਂ ਇੱਦਾਂ ਕਰਨ ਜਾਣਾ ਤਾਂ ਉਹਨੂੰ ਕੱਦੂ ਕੱਚ ਕਿਉਂ ਕਹਿੰਦੇ? ਆਪਾਂ ਤਾਂ ਸੇਬ ਕੱਚ ਕਰਦੇ ਪਹਿਲਾਂ, ਸੇਬ ਕੱਚ ਕਹੋ ਉਹਨੂੰ ਵੀ ਕੱਦੂ ਕੱਚ, ਸਾਰੀਆਂ ਚੀਜ਼ਾਂ ਨੂੰ ਕੱਦੂ ਕੱਚ। ਇਹ ਪਤਾ ਨਹੀਂ ਕੀ ਗੱਲ ਨੂੰ ਤੁਰਦਾ ਤੁਰੀ ਆਈ, ਕਿਉਂਕਿ ਕੱਦੂ ਦੀ ਕਸ਼ ਨਹੀਂ ਹੁੰਦੀ। ਮੈਨੂੰ ਪਤਾ ਦਾਨੀ ਹੁੰਦਾ ਵਾ ਜਿਹੜਾ ਦਾਨ ਕਰਦਾ ਵਾ, ਉਹ ਲੂਣ ਦਾਨ ਕਰਦਾ ਵਾ, ਰੋਸ਼ਨ ਉਹ ਰੋਸ਼ਨੀ ਦਾਨ ਕਰਦੀ ਆ ਨਾ, ਇਸ ਕਰਕੇ ਉਹਨੂੰ ਰੋਸ਼ਨ ਦਾਨ ਬੋਲਦੇ ਆ। ਮੇਰੇ ਤਾਲੀਆਂ ਮਰਦੀ ਜਿੱਦਾਂ ਮੈਂ ਕਦੀ ਕਦੀ ਸੋਹਣੀ ਗੱਲ ਕਰਦਾ।
मेथी आलू परौंठिया दे नाल। हां देख गर्मा गर्म परौंठिया आंदियां होईयां। बिग बॉस नाल मैं तो कहना बंदे नूं कुछ सिखण नूं मिलदा ते जे लड़ाई आ लड़ लो भांडे धो लो आ कर लो भांडे तोड़ दो इन्ना तेरा खर्चा उत्थे पहुंचण दा ही हो गया हुण चल कहना तेल खर्चा तां लैके चलना। जिहड़ी वीडियो ते अज तक दी सब तो ज़्यादा मेहनत लगी ही ते साढ़े सारयां दी उह सब तो फेवरेट वीडियो सी उह यूट्यूब तों डिलीट हो गई। बहुत ज़्यादा एक्साइटमेंट सीगी उह आपां उह वीडियो पहलां आपां मंचन टीवी ते अपलोड कीती क्योंकि बेसिकली उह टीवी उस वास्ते बनाई गई ही ते नाल ही आपां उस तों बाद उहनूं मंचन वलॉग ते कीती क्योंकि जिहड़े उत्थे ना देख सकण उह साडे वलॉगिंग चैनल ते देख सकण इस करके उहनूं वलॉगिंग चैनल ते अपलोड कीता। अपलोड करन तो बाद मैं इत्थे स्टूडियो च अपलोड करके उस तो बाद मैं अपने रूम च चल गया थोड़ा चिर बाद देखिया ते यूट्यूब तो वीडियो अवेलेबल नहीं हैगी। उस तो बाद जो भी सीन होया आपां सारा इंस्टाग्राम ते शेयर किया। इंस्टाग्राम ते शेयर करन तो काफ़ी थोड़े सारे दे डीएम्स वगैरह आए कि हो सकता है मेल्स आई हैं कि आप इदा हेल्प कर सकते हैं जो भी सारे तो ही तेरे को बन सकते तो सारे ने सपोर्ट दिखाई उसके लिए थैंक यू तुहाडा सारिआं दा दिलों। तो हुण की पॉसिबिलिटीज़ हो सकती हैं कि होया होगा एक्चुअली पहले जिहड़ी चीज़ आ हो सकता है कि जो कि तुहाडे सारे दे मैक्सीमम डीएम्स आए वीडियो आदि कॉपीराइट क्लेम या कॉपीराइट स्ट्राइक आया होगा। बेसिकली यूट्यूब इस तरीके ना वर्क करती है कि अगर मेरी वीडियो किसी होर ने अपलोड की है तो मैं उस वीडियो से जाके रिपोर्ट कर सकता। हुण रिपोर्ट करन दे जिहड़ा प्रोसैस आ इस तरीके का होंगे कि यूट्यूब पहला तुहाडी जिहड़ी कंप्लेंट आनू जिन्हें अपलोड की है उन्होंने भेजेगी 48 आवर्स उन्होंने देगी कि अगर वो डिलीट करता है तो ठीक है नहीं तो फिर यूट्यूब खुद एक्शन लेगी। मतलब वह एक लंबा प्रोसीजर है अगर तुम्हें वीडियो डिलीट करवानी है या फिर क्लेम या स्ट्राइक का प्रोसीजर आते वास्ते हमेशा नोटिफिकेशन जरूर आएगी जी वीडियो आ इस कारण करके डिलीट हुई है जो कि इस केस में तो डेफिनेटली नहीं है। दूसरी गल जो भी यूट्यूब से वीडियो अपलोड करता वा उत्ते सब तो पहला मैं चेक करदा कि कोई रिस्ट्रिक्शंस वगैरह तो नहीं है कोई इदा का चांस तो नहीं हो सकता कि वीडियो से कोई भी एक्शन या कुछ इस तरीके का है जिदा मैं तुहानू दिखाउना आ। जो भी वीडियो अपलोड करी उस तो पहला कोई रिस्ट्रिक्शन वगैरह तो नहीं हैगी हमेशा चेक करी दी है ते इस उस वीडियो च कोई भी रिस्ट्रिक्शन वगैरह नहीं सी। उस तो बाद जिहड़ी सैकेंड पॉसिबिलिटी हो सकती है वह कि किसी ने जिहड़ा साडा अकाउंट आनू एक्सैस करके ते उहदे तों वीडियो डिलीट की हो सकती हैक होया वा या फिर किसी को पासवर्ड सी या किस तरीके नाल डिलीट हुई है फिलहाल पता नहीं लग रहा बट पॉसिबिलिटी इन्हां चों ही बनती पई है। जो भी सानू पता लगा कि मे बी ये पॉसिबिलिटी हो सकती है इस तो बाद अपना जिन्हें भी पासवर्ड वगैरह टू वे सिक्योरिटी लगाती टू वे वेरीफिकेशन लाती हाँ इस अकाउंट से साढ़े टू वे वेरीफिकेशन नहीं सी पहला सो ज़्यादा चांस मेरे भी दिमाग से यही ज़्यादा चांस आते हैं कि यही चीज़ हुई होनी है। वीडियो तो सिर्फ एक वीडियो नहीं सी वो एक साड़ी लिए बहुत इंपॉर्टेंट चीज़ सी क्योंकि वो कॉन्टेंट बहुत डिफरेंट सी जी एडिटिंग सी एडिटिंग का स्टाइल सेगा वो बहुत ज़्यादा मेहनत वाला सगा हूँ आप डिसीजन लिया वा कि जी वीडियो आ सिर्फ मंचन टीवी ते ही रहेगी आपां दोबारा कोई चांस नहीं लेना चाहते क्योंकि इहदे नाल साडे चैनल जिहड़ा यूट्यूब चैनल आ जिहनूं इन्नी मेहनत ते तुहाडी सपोर्ट करके अज इस लैवल तक पहुँच गया वा चीज़ उहदे ते खराबी होए वह नहीं आपां चीज़ चाहते। जिहड़ी वीडियो आ ना जिहड़ी साडा दूसरे चैनल ते आपां पाईए हुण उत्थे ही पई रहिणी है जिन्हां ने देखणी आ लिंक जिहड़ा उहदा डिस्क्रिप्शन च दित्ता वा आई बटन ते भी तुहानूं मिल जाएगा कमेंट सैक्शन भी मिल जाएगा तुम जाओ देखो चैनल में सबसक्राइब जरूर करो बहुत पसंद आऊगी तुम सारे वीडियो। लव लॉग छोटा सगा बट यही तुम सिर्फ दसन की होया होगा की हो सकता बाकी पता करते हैं होर अपना काफ़ी जने इंस्टाग्राम तो हैल्प करते पे है सो थैंक यू एक बार फिर थोड़ा सार्या का एंडिंग हूँ अज इदा ही कर लें नैक्सट टाइम तो फिर आप करते हैं।